ਵੀ ਜਦੋਂ ਬੀਮਾ ਲੈਨੇ ਆ ਉਸ ਵੇਲੇ ਸਾਨੂੰ ਬਹੁਤ ਸਾਰੇ ਨਿਯਮ ਅਤੇ ਸ਼ਰਤਾਂ ਨੂੰ ਧਿਆਨ ਦੇ ਨਾਲ ਪੜ੍ਹਨਾ ਚਾਹੀਦਾ ਹੈ ਤਾਂ ਜੋ ਸਾਨੂੰ ਜਦੋਂ ਵੀ ਅਸੀਂ ਬੀਮੇ ਨੂੰ ਕਲੇਮ ਕਰਦੇ ਆ ਉਸ ਸਮੇਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਖਾਸ ਤੌਰ ਤੇ ਜਦੋਂ ਅਸੀਂ ਹੈਲਥ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਇਸ ਗੱਲ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿ ਤੁਸੀਂ ਕਿੰਨੀਆਂ ਸਥਿਤੀਆਂ ਵਿੱਚ ਬੀਮੇ ਦਾ ਦਾਅਵਾ ਕਰਨ ਦੇ ਯੋਗ ਹੋਵੋਗੇ, ਕਿਹੜੀਆਂ ਸਥਿਤੀਆਂ ਵਿੱਚ ਤੁਸੀਂ ਨਹੀਂ ਕਰ ਸਕੋਗੇ। ਸਿਹਤ ਬੀਮੇ ਦਾ ਦਾਅਵਾ ਕਰਨ ਲਈ ਆਮ ਤੌਰ ਤੇ 24 ਘੰਟੇ ਹਸਪਤਾਲ ਵਿੱਚ ਭਰਤੀ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਨਿਯਮ ਪੱਧਰ ਤੇ ਵਿੱਚ ਨਿਰਧਾਰਿਤ ਨਹੀਂ ਕੀਤਾ ਗਿਆ ਕਿਉਂਕਿ ਕੁਝ ਅਪਵਾਦ ਨੇ। ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਜਦੋਂ ਵੀ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਂਦੇ ਹੋ ਤਾਂ ਕੀ ਅਪਵਾਦ ਹੁੰਦੇ ਨੇ ਅਤੇ ਕਿੰਨਾ ਹਾਲਾਤਾਂ ਵਿੱਚ ਤੁਸੀਂ 24 hours ਲਈ ਜਿਹੜੇ ਹਸਪਤਾਲ ਵਿੱਚ ਭਰਤੀ ਕੀਤੇ ਬਿਨਾਂ ਸਿਹਤ ਬੀਮੇ ਦਾ ਦਾਅਵਾ ਜੁੜਾ ਕਰ ਸਕਦੇ ਹੋ। ਜੀ ਹਾਂ, ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਉਹਨਾਂ ਲਈ ਜਿਨ੍ਹਾਂ ਨੇ ਹੈਲਥ ਇੰਸ਼ੋਰੈਂਸ ਕਰਵਾਈ ਹੈ ਜਾਂ ਫਿਰ ਕਰਵਾਉਣਾ ਚਾਹੁੰਦੇ ਨੇ। ਇਸ 24 ਘੰਟੇ ਦੀ ਲੋੜ ਦਾ ਅਪਵਾਦ ਡੇ ਕੇਅਰ ਇਲਾਜ ਹੈ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਲੰਬੇ ਸਮੇਂ ਤੱਕ ਹੋਸਪਿਟਲ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ ਪਰ ਉਹਨਾਂ ਨੂੰ ਸਿਹਤ ਬੀਮਾ ਕਲੇਮ ਕਰਨਾ ਪੈਂਦਾ ਹੈ। ਇਹ ਅਪਵਾਦ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਕਿਸੇ ਵੀ ਬਿਮਾਰੀ ਲਈ 24 ਘੰਟੇ ਤੱਕ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਪਵੇ। ਤੁਸੀਂ ਆਪਣੀ ਸਿਹਤ ਬੀਮੇ ਤੋਂ ਡੇ ਕੇਅਰ ਇਲਾਜ ਦਾ ਦਾਅਵਾ ਕਰ ਸਕਦੇ ਹੋ। ਡੇ ਕੇਅਰ ਟ੍ਰੀਟਮੈਂਟ ਦਾ ਮਤਲਬ ਹੁੰਦਾ ਹੈ ਇਲਾਜ ਜੋ ਕਿ 24 ਘੰਟਿਆਂ ਤੋਂ ਘੱਟ ਸਮੇਂ ਦੇ ਵਿੱਚ ਹੁੰਦਾ ਹੈ ਕਿਸੇ ਹਸਪਤਾਲ ਜਾਂ ਡੇ ਕੇਅਰ ਸੈਂਟਰ ਵਿੱਚ ਜਨਰਲ ਅਨਸਥਿਤੀਆਂ ਦੇ ਪ੍ਰਭਾਵ ਅਧੀਨ ਕੀਤੇ ਡਾਕਟਰੀ ਇਲਾਜ ਅਤੇ ਸਰਜੀਕਲ ਪ੍ਰਕਿਰਿਆਵਾਂ ਵੀ ਇਸ ਵਿੱਚ ਸ਼ਾਮਲ ਨੇ। ਸਿਹਤ ਯੋਜਨਾ ਵਿੱਚ ਕਵਰ ਕੀਤੇ ਗਏ ਜਿਹੜੇ ਕੁਝ ਆਮ ਡੇ ਕੇਅਰ ਇਲਾਜਾਂ ਦੇ ਵਿੱਚ ਸ਼ਾਮਲ ਨੇ ਮੋਤੀਆਬਿੰਦ ਸਰਜਰੀ, ਟੌਨਸਿਲਕਟੋਮੀ, ਕੀਮੋਥੈਰੇਪੀ, ਰੇਡੀਓਥੈਰੇਪੀ, ਹੀਮੋਡਾਇਲਿਸਿਸ, ਕਰੋਨਰੀ ਐਂਜੀਓਗ੍ਰਾਫੀ, ਨੱਕ ਦੇ ਜਿਹੜੇ ਸਾਈਨਸ ਐਸਪੀਰੇਸ਼ਨ, ਮੁਫਤ ਚਮੜੀ ਟ੍ਰਾਂਸਪਲਾਂਟੇਸ਼ਨ ਅਤੇ ਹੋਰ ਵੀ ਜਿਹੜੇ ਇਲਾਜ ਇਸ ਵਿੱਚ ਸ਼ਾਮਲ ਨੇ। ਇਹ ਚੀਜ਼ ਡੇ ਕੇਅਰ ਦੇ ਵਿੱਚ ਸ਼ਾਮਲ ਨਹੀਂ ਹੈ, ਉਸ ਵਿੱਚ ਵੀ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਜਿਵੇਂ ਜੇਕਰ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਈ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਸ਼ਾਮਲ ਨਹੀਂ ਨੇ। ਬਾਹਰੀ ਮਰੀਜ਼ ਦੇ ਖਰਚੇ ਜਿਵੇਂ ਕਿ ਡਾਕਟਰ ਦੀ ਸਲਾਹ ਹੋ ਗਈ, ਟੈਸਟ, ਜਾਂਚ ਨੂੰ ਤੁਸੀਂ ਡੇ ਕੇਅਰ ਇਲਾਜ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ। ਡੇ ਕੇਅਰ ਇਲਾਜ ਲਈ ਦਾਅਵਾ ਕਰਨਾ ਕੋਈ ਵੱਖਰਾ ਨਹੀਂ ਹੈ, ਤੁਸੀਂ ਇਸ ਦਾ ਦਾਅਵਾ ਕਰ ਸਕਦੇ ਹੋ ਜਿਵੇਂ ਤੁਸੀਂ ਹੋਰ ਦਾਅਵੇ ਕਰਦੇ ਹੋ ਯਾਨੀ ਕਿ ਕਲੇਮ ਲੈਂਦੇ ਹੋ। ਹਾਲਾਂਕਿ ਪਾਲਿਸੀ ਲੈਣ ਤੋਂ ਪਹਿਲਾਂ ਤੁਹਾਨੂੰ ਉਹਨਾਂ ਸਾਰੀਆਂ ਬਿਮਾਰੀਆਂ ਬਾਰੇ ਪੜ੍ਹਨਾ ਚਾਹੀਦਾ ਹੈ ਜੋ ਤੁਹਾਡੇ ਡੇ ਕੇਅਰ ਇਲਾਜ ਦੇ ਅਧੀਨ ਹੀ ਆਉਂਦੀਆਂ ਨੇ ਜਾਂ ਕਿ ਸ਼ਾਮਲ ਹੁੰਦੀਆਂ ਨੇ। ਸਿਹਤ ਬੀਮਾ ਜਿਹੜੀਆਂ ਕੰਪਨੀਆਂ ਨੇ ਡੇ ਕੇਅਰ ਦੀ ਪੇਸ਼ਕਸ਼ ਕਰਦੀਆਂ ਨੇ। ਅੱਜ ਕੱਲ੍ਹ ਬਹੁਤ ਸਾਰੀਆਂ ਜਿਹੜੀਆਂ ਸਿਹਤ ਬੀਮਾ ਕੰਪਨੀਆਂ ਡੇ ਕੇਅਰ ਇਲਾਜ ਦੇ ਲਈ ਕਵਰੇਜ ਦੀ ਪੇਸ਼ਕਸ਼ ਕਰਦੀਆਂ ਨੇ ਪਰ ਵੱਖ ਵੱਖ ਕੰਪਨੀਆਂ ਨੂੰ ਵੱਖ ਵੱਖ ਇਲਾਜਾਂ ਅਤੇ ਸਰਜਰੀਆਂ ਨੂੰ ਕਵਰ ਕਰਦੀਆਂ ਨੇ ਜਿਨ੍ਹਾਂ ਦੀ ਤੁਹਾਨੂੰ ਪਾਲਿਸੀ ਲੈਣ ਤੋਂ ਪਹਿਲਾਂ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ। ਇੱਥੇ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਡੇ ਕੇਅਰ ਟ੍ਰੀਟਮੈਂਟ ਵਿੱਚ ਵੀ ਕੈਸ਼ਲੈਸ ਕਲੇਮ ਦੀ ਸਹੂਲਤਾਂ ਲੈ ਸਕਦੇ ਹੋ ਜੋ ਕਿ ਲੋਕਾਂ ਦੇ ਲਈ ਬਹੁਤ ਹੀ ਵੱਡਾ ਬੈਨੀਫਿਟ ਹੋ ਸਕਦਾ ਹੈ ਜਿਨ੍ਹਾਂ ਨੇ ਹੈਲਥ ਇੰਸ਼ੋਰੈਂਸ ਕਰਵਾਈ ਹੋਈ ਹੈ। ਅਪਡੇਟ ਲੈ ਕੇ ਰੂਬਰੂ ਹੋਵਾਂਗੇ ਅਤੇ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ।